ਗਾਣਾ ਜਿਹਾ ਆਉਂਦਾ ਜਿਨ੍ਹਾਂ ਨੂੰ ਜੱਟ ਜ਼ਹਿਰ ਲੱਗਦਾ, ਜੱਟ ਉਹਨਾਂ ਨੂੰ ਜ਼ਹਿਰ ਲੱਗਦਾ। ਆਏ ਆ ਬਖਲਾੜ ਚ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਉਹ ਜਿਹੜੇ ਆ ਉਹ ਇਹੋ ਜਿਹੀਆਂ ਸ਼ਰਾਰਤਾਂ ਸ਼ਰੂਰਤਾਂ ਜਿਹੀਆਂ ਕਰਦੇ ਰਹਿੰਦੇ ਆ, ਤੇ ਖੇਮਕਾਂ ਬਣ ਕੇ ਤੇ ਲੋਕ ਬਹੁਤ ਸਿਆਣੇ ਆ, ਉਹ ਗੱਲ ਸਮਝਦੇ ਆ। ਇੱਕ ਵਾਰ ਗਾਣਾ ਜਿਹਾ ਆਉਂਦਾ ਜਿਨ੍ਹਾਂ ਨੂੰ ਜੱਟ ਜ਼ਹਿਰ ਲੱਗਦਾ, ਜੱਟ ਉਹਨਾਂ ਨੂੰ ਜ਼ਹਿਰ ਲੱਗਦਾ। ਲੋਕ ਸਭਾ ਚੋਣਾਂ ਦਾ ਵਿਘਨ ਲਗਾਤਾਰ ਵੱਧ ਚੁੱਕਾ ਹੈ ਔਰ ਹਰ ਇੱਕ ਜਗ੍ਹਾ ਜਿਹੜਾ ਪਾਰਟੀ ਨੇ ਜਿਹੜਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜੇ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਖੇਤਰ ਦੀ, ਖਡੂਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਉਤਾਰਿਆ ਗਿਆ। ਉੱਥੇ ਲਗਾਤਾਰ ਜਿਹੜੇ ਨੇ MLA ਉਹਨਾਂ ਦਾ ਜਿਹੜਾ ਲਗਾਤਾਰ ਪ੍ਰਚਾਰ ਕਰ ਰਹੇ ਨੇ, ਪਿੰਡਾਂ ਪਿੰਡ ਜਾ ਕੇ ਜਿਹੜੀਆਂ ਨੇ ਮੀਟਿੰਗਾਂ ਕਰ ਰਹੇ ਨੇ। ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਔਰ ਸਿਆਸੀ ਜਿਹੜੀ ਹਲਚਲ ਵੀ ਉਹ ਲਗਾਤਾਰ ਜਾਰੀ ਹੈ। ਸਾਡੇ ਨਾਲ ਇਸ ਵੇਲੇ ਸਰਵਨ ਸਿੰਘ ਧੁੰਨ ਜਿਹੜੇ ਨੇ ਉਹ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਲੋਕ ਸਭਾ ਚੋਣਾਂ ਦਾ ਵਿਗੜ ਵੱਜ ਚੁੱਕਾ, ਕਿਸ ਤਰੀਕੇ ਨਾਲ ਦੇਖਦੇ ਹੋ ਔਰ ਕਿਸ ਤਰੀਕੇ ਨਾਲ ਜਿਹੜੀ ਚੋਣ ਪ੍ਰਕਿਰਿਆ ਚੱਲਦੀ ਹੈ? ਮੇਰੇ ਵੀਰ ਪੂਰੀ ਤਿਆਰੀ ਵਿੱਚ ਲੱਗੇ ਹੋਏ ਆ। ਸਾਡੇ ਇੱਥੇ ਥੋੜੇ ਦਿਨ ਪਹਿਲਾਂ ਹੀ ਲਾਈਮਲਾਈਟ ਪੈਲਸ ਦੇ ਵਿੱਚ ਇੱਕ ਵਰਕਰ ਮੀਟਿੰਗ ਸੱਦੀ ਸੀ, ਤੇ ਵਰਕਰ ਮੀਟਿੰਗ ਤਾਂ ਇੱਕ ਛੋਟੀ ਜਿਹੀ ਬੁਲਾਈ ਸੀ ਪਰ ਬਹੁਤ ਵੱਡੀ ਇੱਕ ਰੈਲੀ ਜਿਹੜੀ ਉੱਥੇ ਹੋ ਗਈ ਔਰ ਸੰਗਤ ਦਾ ਬਹੁਤ ਵੱਡਾ ਜਿਹੜਾ ਸਾਨੂੰ ਰਿਸਪੌਂਸ ਆ, ਲੋਕ ਖੇਮਕਰਨ ਹਲਕੇ ਦੇ ਜਿਹੜੇ ਆ ਬਹੁਤ ਵੱਡੀ ਗਿਣਤੀ 'ਚ ਜਿਹੜਾ ਲਾਲਜੀਤ ਸਿੰਘ ਭੁੱਲਰ ਨੂੰ ਜਿਤਾਉਣਾ ਚਾਹੁੰਦੇ ਆ, ਉਸ ਦੇ ਤਹਿਤ ਹੀ ਮੈਂ ਪਿੰਡ ਪਿੰਡ ਜਿਹੜੀ ਆ ਉਹ ਜਾ ਰਿਹਾ ਲੋਕਾਂ ਨੂੰ ਜਾ ਗਿਆ। ਤੁਸੀਂ ਹੁਣ ਵੀ ਵੇਖ ਸਕਦੇ ਹੋ ਘੱਟੋ ਘੱਟ ਮੈਂ 5-7 ਪਿੰਡਾਂ 'ਚੋਂ ਜਾ ਕੇ ਆਇਆ ਤੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਆ। ਸਾਰੇ ਭੈਣ ਭਰਾ ਜਿਹੜੇ ਆ ਉਹ ਘਰਾਂ 'ਚੋਂ ਨਿਕਲ ਨਿਕਲ ਕੇ ਆ ਰਹੇ ਆ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸਹਿਯੋਗ ਆ ਉਹ ਕਰਨ ਲਈ ਤਿਆਰ ਬੈਠੇ ਆ ਔਰ ਡਟ ਕੇ ਨਾਲ ਖੜੇ ਆ ਲੋਕ। ਬਿਲਕੁਲ ਜੀ, ਗੱਲ ਕੀਤੀ ਜਾਵੇ ਤਾਂ ਸਿਆਸੀ ਹਲਚਲ ਵੀ ਜਿਹੜੀ ਲਗਾਤਾਰ ਜਾਰੀ ਹੈ। ਕੁਝ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਆ ਵਾਇਰਲ ਹੋਈ ਸੀ ਜਿਸ ਨੂੰ ਲੈ ਕੇ ਕਾਫੀ ਚੱਲ ਰਿਹਾ ਸੀ ਕਿ ਲਾਲਜੀਤ ਸਿੰਘ ਭੁੱਲਰ ਨੂੰ ਵੋਟਾਂ ਪੈਣੀਆਂ ਨੇ। ਸਰਵਨ ਸਿੰਘ ਧੁੰਨ ਜੀ, ਉਸ ਤਰੀਕੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਮੇਰੇ ਵੀਰ ਉਹ ਜਿਹੜੇ ਵਿਰੋਧੀ ਯਾਰ ਆ ਜੀ, ਉਹ ਆਏ ਆ ਬਖਲਾੜ 'ਚ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਉਹ ਜਿਹੜੇ ਆ ਉਹ ਇਹੋ ਜਿਹੀਆਂ ਸ਼ਰਾਰਤਾਂ ਸ਼ਰੂਰਤਾਂ ਜਿਹੀਆਂ ਕਰਦੇ ਰਹਿੰਦੇ ਆ ਤੇ ਖੇਮਕਾਂ ਬਣ ਕੇ ਤੇ ਲੋਕ ਬਹੁਤ ਸਿਆਣੇ ਆ, ਉਹ ਗੱਲ ਸਮਝਦੇ ਆ ਕਿ ਜਿਹੜੀਆਂ ਇਹ ਗੱਲਾਂ ਦੀ ਕੋਈ ਤੋਕ ਨਹੀਂ। ਕਿਉਂਕਿ ਜਿਹੜਾ ਲਾਲਜੀਤ ਸਿੰਘ ਭੁੱਲਰ ਹੈ ਉਹ ਬੜਾ ਵਧੀਆ ਜਿਹੜਾ ਨੌਜਵਾਨ ਹੈ ਔਰ ਬੜਾ ਬੇਬਾਕ ਲੀਡਰ ਹੈ। ਉਹ ਮੇਰਾ ਵੀ ਕੈਬਨਿਟ ਦੇ ਵਿੱਚ ਵਜ਼ੀਰ ਵੀ ਹੈ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਜਾਊਗਾ ਉੱਥੇ ਜਾ ਕੇ ਵੀਰੇ ਧੁੰਮਾ ਪਾਊਗਾ ਔਰ ਖਡੀਰ ਸਾਹਿਬ ਹਲਕ ਦੀ ਜਿਹੜੀ ਹੈ ਉਹ ਡਿਵੈਲਪਮੈਂਟ ਲਈ ਉੱਥੇ ਜਾ ਕੇ ਲੜਾਈ ਲੜੂਗਾ ਔਰ ਲੋਕ ਤਕੜੇ ਹੋ ਗਏ ਮੇਰੇ ਵੀਰ। ਮੈਂ ਵੇਖ ਰਿਹਾ ਕਿ ਮੈਨੂੰ ਇੰਜ ਲੱਗਦਾ ਅਸੀਂ ਇਹਦੀ ਸ਼ੁਰੂਆਤ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਲੋਕ ਦੂਜੀਆਂ ਪਾਰਟੀਆਂ ਨੂੰ ਵੀ ਛੱਡ ਕੇ ਸਾਡੇ ਨਾਲ ਆ ਰਹੇ। ਬਿਲਕੁਲ ਜੀ, ਗੱਲ ਕੀਤੀ ਜਾਵੇ ਤਾਂ ਉਸ ਤਰੀਕੇ ਸਿਆਸੀ ਹਲਚਲ ਵੀ ਜਾਰੀ ਹੈ। ਲਗਾਤਾਰ ਪਾਰਟੀਆਂ ਜਿਹੜੀਆਂ ਨੇ ਉਸ ਵੀਡੀਓ ਨੂੰ ਲੈ ਕੇ ਕਾਫੀ ਪ੍ਰਚਾਰ ਕਰ ਰਹੀਆਂ ਨੇ। ਅਕਾਲੀ ਦਲ ਹੋ ਗਈ, ਕਾਂਗਰਸ ਹੋ ਗਈ, ਬੀਜੇਪੀ ਹੋ ਗਈ ਕਿ ਇਹ ਧੁੰਨ ਸਾਹਿਬ ਦੀ ਬਿਲਡਿੰਗ ਹੈ। ਲੇਕਿਨ ਕਿਸ ਤਰੀਕੇ ਨਾਲ ਦੇਖਦੇ, ਤੁਹਾਡੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਕਿ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਲੇਕਿਨ ਅਸਲੀ ਸੱਚਾਈ ਕੀ ਸੀ ਉਹ ਵੀ ਮਰਜ਼ੀ ਦੱਸ ਦਿਓ ਦਰਸ਼ਕਾਂ ਨੂੰ। ਉਹ ਇੱਕ ਵਾਰ ਗਾਣਾ ਜਿਹਾ ਆਉਂਦਾ ਜਿਨ੍ਹਾਂ ਨੂੰ ਜੱਟ ਜ਼ਹਿਰ ਲੱਗਦਾ, ਜੱਟ ਉਹਨਾਂ ਨੂੰ ਜ਼ਹਿਰ ਲੱਗਦਾ ਵਾ ਤੇ ਉਹ ਫਿਰ ਇਹੋ ਜਿਹੀਆਂ ਗੱਲਾਂ ਬਾਤਾਂ ਬਣਾਉਂਦੇ ਰਹਿੰਦੇ। ਮੈਂ ਉਹਨਾਂ ਨੂੰ ਕਹਿ ਦੇਣੀ ਚਾਹੁੰਦਾ ਤੁਸੀਂ 1 ਤਰੀਕ ਨੂੰ ਗਿਣਤੀ ਹੋਣੀ ਆ, 1 ਤਰੀਕ ਨੂੰ ਖੇਮਕਾਰ ਹਲਕੇ ਦੇ ਲੋਕ ਤੁਹਾਡੇ ਭਰਮ ਭੁਲੇਖੇ ਜਿਹੜੇ ਕੱਢ ਦੇਣਗੇ। ਜਿਹੜਾ ਤੁਸੀਂ 20-25 ਸਾਲ ਜਿਹੜਾ ਇੱਥੇ ਰਾਜ ਕੀਤਾ, ਜੋ ਤੁਸੀਂ ਇੱਥੇ ਕੀਤਾ ਲੋਕ ਚੰਗੀ ਤਰ੍ਹਾਂ ਜਾਣਦੇ ਆ, ਲੋਕ ਚੰਗੀ ਤਰ੍ਹਾਂ ਸਮਝਦੇ ਆ ਔਰ ਲੋਕ ਜਿਹੜੇ ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜਾ ਉਹ ਜਿੱਡਾ ਵਧੀਆ ਰਾਜ ਭਾਗ ਦੇ ਰਿਹਾ, ਲੋਕੀ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਖੜੇ ਆ। ਜੀ, ਗੱਲ ਕੀਤੀ ਜਾਵੇ ਤਾਂ ਪਹਿਲੀਆਂ ਪਾਰਟੀਆਂ ਵੀ ਇੱਥੇ ਰਹੀਆਂ ਨੇ, ਅਕਾਲੀ ਦਲ ਦਾ ਰਾਜ ਵੀ ਰਿਹਾ, ਕਾਂਗਰਸ ਦਾ ਰਾਜ ਵੀ ਰਿਹਾ, ਲੋਕਾਂ 'ਚ ਤੁਸੀਂ ਵਿਚਰਦੇ ਹੋ, ਕੀ ਫਰਕ ਨਜ਼ਰ ਆ ਰਿਹਾ ਕਿ ਵਿਕਾਸ ਨੂੰ ਲੈ ਕੇ ਵੀ ਲੋਕ ਗੱਲਾਂ ਕਰ ਰਹੇ ਨੇ?
ਮੇਰੇ ਵੀਰ ਇੱਥੇ ਜੇ ਆਪਾਂ ਇੱਥੇ ਖੇਮਕਾ ਨਾਲ ਅੱਗੇ ਦੀ ਗੱਲ ਹੀ ਕਰੀਏ, ਮੇਰਾ ਖਿਆਲ ਆ ਕਿ ਜਦੋਂ ਅੱਜ ਮੈਂ ਜਾਣਾ ਪਿੰਡਾਂ 'ਚ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਬੰਦਿਆਂ ਨੇ ਇੰਨਾ ਲੰਮਾ ਰਾਜ ਕੀਤਾ ਵੇ, ਅੱਜ ਵੀ ਲੋਕ ਮੇਰੇ ਤੋਂ ਮੰਗ ਕੀ ਕਰਦੇ ਆ, ਤੁਸੀਂ ਉੱਥੇ ਵਿਕਾਸ ਉਹਨਾਂ ਦਾ ਦੇਖ ਲਓ ਵੀ ਉਹਨਾਂ ਨੇ ਵਿਕਾਸ ਕੀ ਕੀਤਾ, ਅੱਜ ਵੀ ਡਿਮਾਂਡ ਲੋਕਾਂ ਦੀ ਕੀ ਆ, ਉਹ ਵਿਚਾਰੇ ਲੋਕ ਕਹਿੰਦੇ ਮੇਰੀ ਗਲੀ ਨੀ ਬਣੀ ਜੀ, ਕਈ ਪਿੰਡਾਂ 'ਚ ਮੈਂ ਜਾਣਾ ਵਾ ਤੇ ਸਾਡੀ ਸ਼ਮਸ਼ਾਨ ਘਾਟ ਨੀ ਬਣੀ ਜੀ, ਕਈ ਪਿੰਡਾਂ 'ਚ ਜਾਣਾ ਮੇਰੀ ਸੜਕ ਤੇ ਲੋਕ ਨੀ ਪਈ ਜੀ, ਜੇ ਇੰਨਾ ਵੀ ਵਿਕਾਸ ਇਹਨਾਂ ਨੇ ਕੀਤਾ ਹੁੰਦਾ ਤੇ ਫਿਰ ਮੇਰੇ ਵੀ ਮੈਨੂੰ ਤਾਂ ਮੇਰੇ ਖਿਆਲ ਨਾਲ ਹੋਰ ਕੰਮ ਕਰਨੇ ਚਾਹੀਦੇ ਆ, ਗਲੀਆਂ ਨਾਲੀਆਂ ਦੇ ਕੰਮ ਹੀ ਨੀ ਹੈਗੇ, ਪਰ ਉਹਨਾਂ ਨੇ ਕੀਤਾ ਕੁਛ ਨੀ। ਆਹ ਦੋਵਾਂ ਸਾਲਾਂ ਦੇ ਵਿੱਚ ਅਸੀਂ ਮੇਰੇ ਵੀਰ ਬਹੁਤ ਸਾਰੇ ਕੰਮ ਨਿਬੇੜ ਚੁੱਕੇ ਆ, ਆਉਣ ਵਾਲੇ 3 ਸਾਲਾਂ 'ਚ ਇਹ ਚੀਜ਼ਾਂ ਜਿਹੜੀਆਂ ਵੀ ਖਤਮ ਕਰਨੀਆਂ। ਮੇਰਾ ਇੱਕ ਲੋਕਾਂ ਨਾਲ ਖੇਮ ਕਰਨ ਨਾਲ ਗਿੰਦ ਲੋਕਾਂ ਨਾਲ ਵਾਅਦਾ ਕਿ ਮੈਨੂੰ ਆਉਣ ਵਾਲੇ 2-3 ਸਾਲਾਂ ਬਾਅਦ ਇਹ ਗੱਲ ਸੁਣਨੀ ਨਾ ਪਵੇ ਵੀ ਯਾਰ ਸਾਡੀ ਗਲੀ ਨੀ ਬਣੀ, ਸਾਡੀ ਸੜਕ ਨੀ ਬਣੀ, ਇਹ ਚੀਜ਼ਾਂ ਜਿਹੜੀਆਂ ਉਹ ਆਉਣ ਵਾਲੇ 2 ਸਾਲਾਂ 'ਚ ਖਤਮ ਕਰਨ। ਉੱਠ ਕੇ ਬੜਾ ਕੁਝ ਆ ਜੇ ਗੱਲ ਕੀਤੀ, ਇਸ ਤੋਂ ਉੱਪਰ ਉੱਠ ਕੇ ਮੇਰੇ ਵੀਰ ਅਸੀਂ ਤਾਂ ਹਰੇਕ ਚੀਜ਼ ਨੂੰ ਲੈ ਰਹੇ ਹਾਂ। ਮੇਰੇ ਹਲਕੇ ਦੀ ਜੀ ਤੁਸੀਂ ਗੱਲ ਕਰੋ ਤੇ 34 ਕਰੋੜ ਰੁਪਈਆ ਸਕੂਲਾਂ ਲਈ ਹੁਣ ਤੱਕ ਮਾਨ ਸਾਹਿਬ ਨੇ ਦਿੱਤਾ, ਸਕੂਲਾਂ ਲਈ ਬਿਲਡਿੰਗਾਂ ਲਈ, ਸਕੂਲਾਂ ਦੀ 4 ਦੀਵਾਰੀਆਂ ਲਈ, ਸਕੂਲਾਂ ਦਾ ਜਿਹੜਾ ਮੇਰੇ ਵੀਰ ਜੇ ਫਰਨੀਚਰ ਲਈ 34 ਕਰੋੜ, ਦੂਜਾ 6 ਕਰੋੜ ਰੁਪਈਆ ਹੁਣ ਤੱਕ ਸਗਨ ਸਕੀਮਾਂ ਦਾ ਮੇਰੇ ਹਲਕੇ ਜਿਹੜੇ ਗਰੀਬ ਸਾਡੇ ਬੱਚੇ ਬੱਚੀਆਂ ਦੇ ਵਿਆਹ ਹੁੰਦੇ ਆ ਹੁਣ ਤੱਕ 2 ਸਾਲਾਂ 'ਚ ਆ ਚੁੱਕਾ। 7 ਮਹੱਲਾ ਕਣਕ ਅਸੀਂ ਖੋਲ ਚੁੱਕੇ ਹਾਂ, ਮੰਡੀਆਂ 'ਚ 6 ਕਰੋੜਾਂ ਰੁਪਈਆ ਨਾਲ ਪਾ ਚੁੱਕੇ ਹਾਂ, ਕਰੋੜਾਂ ਰੁਪਈਆ ਨਾਲ ਮੰਡੀਆਂ 'ਚ ਇੱਕ ਕੰਮ ਨੀ ਕਰ ਰਹੇ, ਅਸੀਂ ਹਰੇਕ ਕੰਮ ਕਰ ਰਹੇ ਹਾਂ, ਹਰੇਕ ਵਰਗ ਨੂੰ ਨਾਲ ਲੈ ਰਹੇ ਹਾਂ। ਇਹ ਨੀ ਵੀ ਇੱਕ ਵਰਗ ਦਾ ਕਰਦਾ, ਜੇ ਅਗਰ 600 ਯੂਨਿਟ ਬਿਜਲੀ ਦਿੱਤੀ ਆ ਸਰਕਾਰ ਨੇ, ਉਹਨੇ ਇਹ ਨੀ ਵੇਖਿਆ ਵੀ ਜਿਵੇਂ ਪਹਿਲਾਂ ਕਰਦੇ ਹੁੰਦੇ ਜੀ ਆ ਤੁਹਾਨੂੰ 100 ਯੂਨਿਟ ਮਾਫ਼ ਕਰਦੀ ਜੀ, 100 ਯੂਨਿਟ ਮਾਫ਼ ਕਰਦੀ। ਪਹਿਲਾਂ ਉਹਨਾਂ ਨੇ ਕਹਿਣਾ ਜੀ ਤੁਸੀਂ ਨੰਬਰਦਾਰ ਦੇ ਸਾਈਨ ਕਰਾਓ, ਸਰਪੰਚ ਦੇ ਸਾਈਨ ਕਰਾਓ, ਉਹਦੀ ਮੋਹਰ ਲਵਾਓ। ਆ ਕਿੰਨੇ ਲੋਕ ਖੜੇ ਆ, ਇਹਨਾਂ ਨੂੰ ਪੁੱਛੋ ਕਿ ਇਹਦੀ ਮੋਹਰ ਲਵਾਈ ਆ, 600 ਯੂਨਿਟ ਮਾਫ਼ ਕੀਤੀ ਆ, 0 ਬਿੱਲ ਆਉਂਦਾ ਲੋਕਾਂ ਨੂੰ, ਐਦਾਂ ਵੱਡੀ ਹੋਰ ਕੀ ਪ੍ਰਾਪਤੀ ਹੋ ਸਕਦੀ। ਬਿਲਕੁਲ ਧੰਨਵਾਦ ਇਹ ਸਨ ਸਰਵਨ ਸਿੰਘ ਧੁੰਨ ਔਰ ਇਹਨਾਂ ਵੱਲੋਂ ਜਿਹੜਾ ਹੈ ਉਸਦਾ ਵੀਡੀਓ ਦਾ ਵੀ ਜਿਹੜਾ ਲਾਜਵਾਬ ਜਵਾਬ ਦਿੱਤਾ ਗਿਆ। ਉਹਨਾਂ ਨੇ ਕਿਹਾ ਹੈ ਕਿ ਜੱਟ ਜਿਹੜਾ ਜ਼ਹਿਰ ਲੱਗਦਾ, ਲਗਾਤਾਰ ਵਿਕਾਸ ਕਾਰਜਾਂ ਦੀ ਗੱਲ ਕੀਤੀ ਉਹਨਾਂ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।